ਇੱਕ ਪਾਸੇ ਰਾਹੁਲ ਗਾਂਧੀ ਦੇ ਵਿਜ਼ਨ ਤੋਂ ਲੋਕ ਬਹੁਤ ਪ੍ਰਭਾਵਿਤ ਹੈ, ਦੂਸਰੇ ਪਾਸੇ ਨਰਿੰਦਰ ਮੋਦੀ ਦਾ ਵਿਜ਼ਨ ਕੀ ਹੈ? ਉਹ ਕਹਿ ਰਿਹਾ ਹੈ ਕਿ ਅਗਰ ਕਾਂਗਰਸ ਪਾਰਟੀ ਆਏਗੀ ਤੋ ਆਪਕੀ ਦੋ ਬੈਂਸੋਂ ਮੇ ਸੇ ਇੱਕ ਬੈਂਸ ਉਠਾ ਕੇ ਲੈ ਜਾਏਗੀ, ਆਪਕਾ ਮੰਗਲ ਸੂਤਰ ਲੈ ਜਾਏਗੀ, ਆਪਕੀਆਂ ਬੱਕਰੀਆਂ ਚੁਰਾ ਕੇ ਲੈ ਜਾਏਗੀ। ਅਰੇ ਆਪ ਜੋ ਬਾਤੇਂ ਕਰ ਰਹੇ ਹੋ ਬਹਿਕੀ ਬਹਿਕੀ, ਤੋ ਇਸਕਾ ਮਤਲਬ ਇਹ ਰਹਿਤਾ ਹੈ ਕਿ ਰਾਹੁਲ ਗਾਂਧੀ ਨੂੰ ਲੋਕ ਸੁਣਨਾ ਚਾਹੁੰਦੇ ਹਨ। ਮੈਂ ਤੁਹਾਨੂੰ ਇਹ ਗੱਲ ਕਹੀ ਹੈ ਵੀ ਉਹਦੇ 'ਤੇ ਹੁਣ ਸ਼ਟਰ ਹੀ ਨਹੀਂ ਰਹਿਣੇ, ਉਹ ਬਿਨਾਂ ਸ਼ਟਰ ਦੀ ਦੁਕਾਨ ਜਿਹੜੀ ਆ ਉਹ ਮੋਦੀ ਜੀ ਦੀ ਹੋ ਜਾਣੀ ਹੈ, ਉਹਨਾਂ ਦਾ ਕੋਈ ਸ਼ਟਰ ਨਹੀਂ ਹੋਣਾ ਅਤੇ ਨਾ ਉਹ 'ਚ ਕੋਈ ਹੱਟੀ 'ਚ ਗਾਹ ਜਾਣਾ ਹੀ ਕੋਈ। ਮੈਂ ਤੁਹਾਨੂੰ ਕਹੋ ਵਿਜ਼ਨ ਹੈਗਾ ਹੀ ਨਹੀਂ ਉਹਨਾਂ ਦਾ, ਵਿਦਾਊਟ ਵਿਜ਼ਨ ਦੇ ਲੋਕ ਹੈ। ਜਦੋਂ ਪ੍ਰਧਾਨ ਮੰਤਰੀ ਦਾ ਵਿਜ਼ਨ ਕੋਈ ਨਹੀਂ ਤਾਂ ਉਹਦੇ ਚੇਲਿਆਂ ਦਾ ਕਾਹਦਾ ਵਿਜ਼ਨ ਹੋਣਾ? ਰਾਹੁਲ ਗਾਂਧੀ ਅੱਜ ਅੰਮ੍ਰਿਤਸਰ ਫੇਰੀ 'ਤੇ ਹੈਗੇ, ਗੱਲਬਾਤ ਕਰ ਰਹੇ ਡਾਕਟਰ ਰਾਜ ਕੁਮਾਰ ਵੇਰਕਾ। ਵੇਰਕਾ ਸਾਹਿਬ, ਕਿੱਦਾਂ ਬੜਾ ਕੁਝ ਉਹਨਾਂ ਨੇ ਜਿਹੜਾ ਕਿ ਸ਼ਬਦਾਂ ਦੇ ਵਿੱਚ ਕਿਹਾ ਕਿ ਅੰਮ੍ਰਿਤਸਰ ਗੁਰੂ ਨਾਨਕ ਜਾਂ ਪੂਰੇ ਪੰਜਾਬ ਵਾਸਤੇ? ਦੇਖੋ, ਉਹਨਾਂ ਨੇ ਆਪਣਾ ਵਿਜ਼ਨ ਜਿਹੜਾ ਹੈ ਉਹ ਦੱਸਿਆ। ਇੱਕ ਪਾਸੇ ਰਾਹੁਲ ਗਾਂਧੀ ਦੇ ਵਿਜ਼ਨ ਤੋਂ ਲੋਕ ਬਹੁਤ ਪ੍ਰਭਾਵਿਤ ਹੈ, ਦੂਸਰੇ ਪਾਸੇ ਨਰਿੰਦਰ ਮੋਦੀ ਦਾ ਵਿਜ਼ਨ ਕੀ ਹੈ? ਉਹ ਕਹਿ ਰਿਹਾ ਹੈ ਕਿ ਅਗਰ ਕਾਂਗਰਸ ਪਾਰਟੀ ਆਏਗੀ ਤੋ ਆਪਕੀ ਦੋ ਬੈਂਸੋਂ ਮੇ ਸੇ ਇੱਕ ਬੈਂਸ ਉਠਾ ਕੇ ਲੈ ਜਾਏਗੀ, ਆਪਕਾ ਮੰਗਲ ਸੂਤਰ ਲੈ ਜਾਏਗੀ, ਆਪਕੀਆਂ ਬੱਕਰੀਆਂ ਚੁਰਾ ਕੇ ਲੈ ਜਾਏਗੀ। ਅਰੇ ਆਪ ਜੋ ਬਾਤੇਂ ਕਰ ਰਹੇ ਹੋ ਬਹਿਕੀ ਬਹਿਕੀ, ਤੋ ਇਸਕਾ ਮਤਲਬ ਇਹ ਰਹਿਤਾ ਹੈ ਕਿ ਰਾਹੁਲ ਗਾਂਧੀ ਨੂੰ ਲੋਕ ਸੁਣਨਾ ਚਾਹੁੰਦੇ ਹੈ, ਰਾਹੁਲ ਗਾਂਧੀ ਨੂੰ ਦੇਖਣਾ ਚਾਹੁੰਦੇ ਹੈ। ਰਾਹੁਲ ਗਾਂਧੀ ਨੇ ਜਿਹੜੇ ਆਪਣੇ ਕਮਿਟਮੈਂਟ ਪੁਆਇੰਟਸ ਜਿਹੜੇ ਦਿੱਤੇ ਹੈ, ਲੋਕ ਉਹਨਾਂ ਤੋਂ ਪ੍ਰਭਾਵਿਤ ਹੈ, ਲੋਕ ਉਹਨਾਂ ਦੀਆਂ ਗਰੰਟੀਆਂ ਨੂੰ ਮੰਨਦੇ ਪਏ ਹੈ। ਉਹ ਇਸੇ ਗੱਲ ਦਾ ਕਾਰਨ ਹੈ ਕਿ ਅੱਜ ਲੱਖਾਂ ਦੀ ਤਾਦਾਦ ਦੇ ਅੰਦਰ ਅੱਜ ਅੰਮ੍ਰਿਤਸਰ ਦੇ ਵਿੱਚ ਲੋਕ ਪਹੁੰਚੇ ਹੈ, ਔਰ ਸਾਨੂੰ ਇਸ ਗੱਲ 'ਚ ਕਹਿਣ 'ਚ ਕੋਈ ਸ਼ੱਕ ਨਹੀਂ ਹੈਗਾ ਕਿ 13 ਦੀਆਂ 13 ਸੀਟਾਂ ਜਿਹੜੀਆਂ ਉਹ ਕਾਂਗਰਸ ਪਾਰਟੀ ਜਿੱਤੇਗੀ। ਗੁਰਦਾਸਪੁਰ ਦੇ ਵਿੱਚ ਕੱਲ੍ਹ ਨਰਿੰਦਰ ਮੋਦੀ ਆਏ ਸੀ, ਉਹ ਕਹਿੰਦੇ ਕਿ ਨੈਸ਼ਨਲ ਗੱਠਜੋੜ ਨੂੰ ਜੇ ਵੇਖਿਆ ਜਾਵੇ ਦੁਕਾਨ ਇੱਕ, ਸ਼ਟਰ ਦੋ ਹੈ। ਮੈਂ ਤੁਹਾਨੂੰ ਇਹ ਗੱਲ ਕਹੀ ਹੈ ਵੀ ਉਹਦੇ 'ਤੇ ਹੁਣ ਸ਼ਟਰ ਹੀ ਨਹੀਂ ਰਹਿਣੇ, ਉਹ ਬਿਨਾਂ ਸ਼ਟਰ ਦੀ ਦੁਕਾਨ ਜਿਹੜੀ ਆ ਉਹ ਮੋਦੀ ਜੀ ਦੀ ਹੋ ਜਾਣੀ ਹੈ, ਉਹਨਾਂ ਦਾ ਕੋਈ ਸ਼ਟਰ ਨਹੀਂ ਹੋਣਾ ਅਤੇ ਨਾ ਉਹ 'ਚ ਕੋਈ ਹੱਟੀ 'ਚ ਗਾਹ ਜਾਣਾ ਹੀ ਕੋਈ। ਔਰ ਮੈਂ ਤੁਹਾਨੂੰ ਇਹ ਗੱਲ ਕਹਾਂ, ਆਹ 4 ਤਰੀਕ ਦੀ ਵੇਟ ਕਰ ਲਓ, 4 ਤਰੀਕ ਨੂੰ ਨਰਿੰਦਰ ਮੋਦੀ ਆਪਣੇ ਘਰ 'ਚ ਜਾ ਕੇ ਵਾਪਸ ਬੈਠੇਗਾ ਔਰ ਬਿਨਾਂ ਸ਼ਟਰ ਦੀ ਦੁਕਾਨ 'ਤੇ ਬੈਠੇਗਾ, ਕਿਉਂਕਿ ਉਹ 'ਚ ਸ਼ਟਰ ਲੱਗਣਾ ਹੀ ਨਹੀਂ, ਕਿਉਂਕਿ ਲੋਕਾਂ ਨੇ ਸ਼ਟਰ ਲਾ ਕੇ ਲੈ ਜਾਣਾ। ਜਿਹੜੇ ਉਮੀਦਵਾਰ ਗਰਾਊਂਡ ਜ਼ੀਰੋ ਦੇ ਉੱਪਰ ਉਤਾਰੇ ਹੋਏ ਨੇ ਉਹ ਬੜਾ ਕੁਝ ਵਿਜ਼ਨ ਰੱਖ ਰਹੇ ਨੇ ਆਪਣਾ। ਮੈਂ ਤੁਹਾਨੂੰ ਕਹੋ ਵਿਜ਼ਨ ਹੈਗਾ ਹੀ ਨਹੀਂ ਉਹਨਾਂ ਦਾ, ਵਿਦਾਊਟ ਵਿਜ਼ਨ ਦੇ ਲੋਕ ਹੈ। ਜਦੋਂ ਪ੍ਰਧਾਨ ਮੰਤਰੀ ਦਾ ਵਿਜ਼ਨ ਕੋਈ ਨਹੀਂ ਤਾਂ ਉਹਦੇ ਚੇਲਿਆਂ ਦਾ ਕਾਹਦਾ ਵਿਜ਼ਨ ਹੋਣਾ? ਜੇ ਲੋਕਾਂ ਦੀ ਗੱਲ ਕੀਤੀ, ਲੋਕਾਂ ਦਾ ਕਿਦਾਂ ਦਾ ਹੰਕਾਰਾ ਮੇਰਾ, ਤੁਸੀਂ ਵੀ ਲੋਕਾਂ 'ਚ ਵਿੱਚ? ਅਸੀਂ ਮਹਿਸੂਸ ਕਰਦੇ ਹਾਂ ਕਿ ਲੋਕ ਕਾਂਗਰਸ ਤੋਂ ਬਿਨਾਂ ਕਿਸੇ ਨੂੰ ਨਹੀਂ ਚਾਹੁੰਦੇ। ਕਿਸਾਨਾਂ ਦੀ ਗੱਲ ਕੀਤੀ ਗਈ, ਬਈ ਕਿਸਾਨਾਂ ਦੀ, ਮਜ਼ਦੂਰਾਂ ਦੀ, ਵਪਾਰੀਆਂ ਦੀ। ਰਾਹੁਲ ਗਾਂਧੀ ਨੇ ਆਪਣੇ ਵਿਜ਼ਨ ਨੂੰ ਸਾਹਮਣੇ ਰੱਖਿਆ, ਆਪਣੀ ਗਰੰਟੀਆਂ ਨੂੰ ਸਾਹਮਣੇ ਰੱਖਿਆ, ਉਹ ਰਾਹੁਲ ਗਾਂਧੀ ਦੇ ਲੋਕ ਇਤਬਾਰ ਕਰ ਰਹੇ ਆ, ਵਿਸ਼ਵਾਸ ਕਰ ਰਹੇ ਆ। ਇਹੀ ਕਾਰਨ ਹੈ ਕਿ ਰਾਹੁਲ ਗਾਂਧੀ ਨੂੰ ਲੋਕ ਭਾਰੀ ਤਾਦਾਦ ਸੁਣਨ ਆ ਰਹੇ ਆ। ਕਾਂਗਰਸ ਦੇ ਜਿਹੜੇ ਆਗੂ ਨੇ ਉਹ ਛੱਡ ਕੇ ਆਮ ਪਾਰਟੀ ਸ਼ਾਮ ਹੋ ਰਹੇ ਨੇ, ਕੋਈ ਬੀਜੇਪੀ? ਮੈਂ ਕਿਹਾ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਜਦੋਂ ਇਲੈਕਸ਼ਨ ਆਉਂਦਾ ਕੋਈ ਆਇਆ ਆਰਾਮ, ਕੋਈ ਗਿਆ ਆਰਾਮ, ਇਹ ਰਾਮ ਹੀ ਰਾਮ ਹੈ ਨਾ। ਮੈਂ ਤੁਹਾਨੂੰ ਇਹ ਗੱਲ ਕਿਹਾ ਵੀ ਅਸੀਂ ਲੋਕ ਰਾਮ ਨੂੰ ਮੰਨਣ ਵਾਲੇ ਹਾਂ, ਠੀਕ ਹੈ। ਉਹ ਨਰਿੰਦਰ ਮੋਦੀ ਦੀ ਸਰਕਾਰ ਰਾਮ ਦਾ ਵਪਾਰ ਕਰਨ ਵਾਲੀ ਹੈ, ਉਹ ਵਪਾਰੀ ਹੈ ਰਾਮ ਦੇ, ਰਾਮ ਦਾ ਸੌਦਾ ਕਰਦੇ ਆ, ਰਾਮ ਨੂੰ ਵੇਚਦੇ ਆ, ਅਸੀਂ ਰਾਮ ਨੂੰ ਮੰਨਦੇ ਹਾਂ। ਇਹ ਫਰਕ ਉਹਨਾਂ 'ਚ, ਉਹ ਧਰਮ ਦੇ ਨਾਂ 'ਤੇ ਵੋਟ ਕਿਸੇ ਨੂੰ ਪਾਣੀ ਨਹੀਂ ਉਹਨਾਂ ਨੇ, ਉਹਨੂੰ ਭਾਈ ਮੋਦੀ ਨੂੰ ਕਿਸੇ ਨੇ ਵੋਟ ਨਹੀਂ ਪਾਣੀ। ਰਾਜਕੁਮਾਰ ਵੇਰਕਾ, ਜਿੱਥੇ ਕਿ ਅੱਜ ਰਾਹੁਲ ਗਾਂਧੀ ਪਹੁੰਚੇ ਸਨ, ਜਿਨ੍ਹਾਂ ਦੇ ਵੱਲੋਂ ਸੰਬੋਧਿਤ ਕੀਤਾ ਗਿਆ ਅਤੇ ਆਪਣਾ ਜਿਹੜਾ ਵਿਜੇ ਰੱਖਿਆ ਗਿਆ ਕਿ ਜੇ ਪੰਜਾਬ 'ਚ ਜਾਂ ਇੰਡੀਆ ਦੇ ਵਿੱਚ ਸਾਡੀ ਸਰਕਾਰ ਬਣਦੀ ਹੈ, ਕਿਸਾਨਾਂ ਵਾਸਤੇ, ਮਜ਼ਦੂਰਾਂ ਵਾਸਤੇ, ਆਮ ਲੋਕਾਂ ਵਾਸਤੇ ਬੜਾ ਕੁਝ ਕੀਤਾ ਜਾਵੇਗਾ। ਕੈਮਰਾਮੈਨ ਮਨੋਜ ਦੇ ਨਾਮ ਮਨਜਿੰਦਰ ਸਿੰਘ, ਲਿਵਿੰਗ ਇੰਡੀਆ ਨਿਊਜ਼, ਅੰਮ੍ਰਿਤਸਰ।